ਹਾਣਾ ਸਿਟੀ ਪੁਲਿਸ ਨੇ ਕਾਨੂਵਾਲ ਚੌਕ ਵਿੱਚ ਨਾਕੇਬੰਦੀ ਕਰ ਤੇ ਨੌਜਵਾਨਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ ਤੇ ਪੁੱਛਗਿੱਛ ਦੌਰਾਨ ਨੌਜਵਾਨਾਂ ਨੇ ਸੱਤ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਵਾਏ ਜਿਸ ਦੇ ਨਾਲ ਹੀ ਕੁੱਲ 8 ਮੋਟਰਸਾਈਕਲ ਸਮੇਤ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਤਿੰਨ ਨੌਜਵਾਨ ਲਵਪ੍ਰੀਤ ਸਿੰਘ ਬਲਵਿੰਦਰ ਸਿੰਘ ਸੈਮੂਅਲ ਮਸੀ ਇੱਕ ਚੋਰੀ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਹਨ ਜਿਨ੍ਹਾਂ ਨੂੰ ਗੁਰਦਾਸਪੁਰ ਦੇ ਕਾਨੂੰਨਵਾਨ ਚੌਂਕ ਵਿੱਚ ਨਾਕਾਬੰਦੀ ਕਰ ਚੋਰੀ ਦੇ ਮੋਟਰਸਾਈਕਲਸ سمیت ਗ੍ਰਿਫਤਾਰ ਕੀਤਾ ਗਿਆ ਅਤੇ ਜਦੋਂ ਹਿਰਾਸਤ ਵਿੱਚ ਲੈ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਨੇ ਚੋਰੀ ਦੇ 7 ਹੋਰ ਮੋਟਰਸਾਈਕਲ ਕਬੂਲੇ ਜੋ ਉਹਨਾਂ ਨੇ ਵੱਖ-ਵੱਖ ਪਿੰਡਾਂ ਵਿੱਚ ਵੇਚੇ ਹੋਏ ਸਨ ਇਸ ਤਰ੍ਹਾਂ ਪੁਲਿਸ ਨੇ ਕੁੱਲ 8 ਮੋਟਰਸਾਈਕਲਾਂ ਸਮੇਤ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਖਿਲਾਫ ਵੱਖ-ਵੱਖ ਤਾਰਾ ਮਾਤਾ ਤਹਿਤ ਮਾਮਲਾ ਦਰਜ ਕਰ ਅੰਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਥਾਣਾ ਮੁਖੀ ਨੇ ਦੱਸਿਆ ਕਿ ਇਹਨਾਂ ਤਿੰਨਾਂ ਦੇ ਖਿਲਾਫ ਪਹਿਲਾਂ ਵੀ ਚੋਰੀ ਦੇ ਮੁਕੱਦਮੇ ਦਰਜ ਹਨ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕਰ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਇਹ ਜੀ ਮਿਤੀ 20/9/21 ਨੂੰ ਐਸਆਈ ਜਗਜੀਤ ਸਿੰਘ ਨੇ ਕਨਵਨ ਚੌਕ ਨਾਕਾ ਲਗਾਇਆ ਸੀ। ਤੇ ਇਹਨਾਂ ਨੂੰ ਮੁਖਵਰ ਨੇ ਦੱਸਿਆ ਵੀ ਥਾਣਾ ਡੇਰਾ ਬਾਬਾ ਨਾਨਕ ਤੋਂ ਇੱਕ ਲਾਪਰੀਤ ਸਿੰਘ ਦੇ ਲਈ ਸਲਾਬ ਜਿਹੜਾ ਪਿੰਡ ਵਾ ਧਰਮਕੋਟ ਬੱਗਾ ਇੱਕ ਬਲਵਿੰਦਰ ਬਲਵਿੰਦਰ ਸਿੰਘ ਉਰਵ ਛੱਤਰੂ ਇਹ ਠੇਠੜੇ ਪਿੰਡ ਦਾ ਇਹ ਵੀ ਇਹਦਾ ਵੀ ਥਾਣਾ ਜਿਹੜਾ ਵਾ ਉਹ ਡੇਰਾ ਬਾਬਾ ਨਾਨਕ ਤੇ ਇੱਕ ਸੈਮੂਅਲ ਮਸੀਹ ਇਲੀਸਪਾਲਾ ਇਹ ਪਿੰਡ ਮੇਗਾ ਇਹ ਵੀ ਥਾਣਾ ਡੇਰਾ ਬਾਬਾ ਨਾਨਕ ਦੇ ਇਹਨਾਂ ਨੇ ਇੱਕ ਨਾ ਗੈਂਗ ਬਣਾਇਆ ਵਾ ਇਹ ਮੋਟਰਸਾਈਕਲ ਚੋਰੀ ਕਦੀ ਕਿਤੇਉਂ ਕਰਦੇ ਕਦੀ ਕਿਤੇਉਂ ਕਰਦੇ ਆ ਤੇ ਅੱਜ ਵੀ ਇਹਨਾਂ ਕੋਈ ਇੱਕ MTVS ਸਟਾਰ ਮੋਟਰਸਾਈਕਲ ਆ ਵੀ ਉਹ ਅੱਜੇ ਵੇਚਣ ਲਈ ਆ ਰਹੇ ਆ ਤੇ ਇਹ ਜਗਜੀਤ ਸਿੰਘ ਨੇ ਇਹਨਾਂ ਨੂੰ ਕਾਬੂ ਕਰਕੇ ਮੋਟਰਸਾਈਕਲ ਬਰਾਮਦ ਕੀਤਾ ਤੇ ਇਹਨਾਂ ਨੂੰ ਮੁਕੱਦਮੇ 'ਚ ਗ੍ਰਿਫਤਾਰ ਕੀਤਾ ਤੇ ਦਰਾਨੇ ਪੁੱਛ ਗਏ ਸੀ ਇਹਨਾਂ ਨੇ ਫਿਰ ਇਨਕਸ਼ਾਫ ਕੀਤਾ ਵੀ ਅਹੀਂ 7 ਹੋਰ ਮੋਟਰਸਾਈਕਲ ਕਲਾਨੌਰ ਰਤੜ ਛਤੜ ਗਗੋਵਾ ਗਗੋਵਾ ਇਹ ਤਾਂ ਪਿੰਡ ਵਾ ਕੋਈ ਉੱਥੋਂ ਐ ਤਾਂ ਵਕ ਵਕ ਥਾਵਾਂ ਤੋਂ ਡੇਰੇ ਤੋਂ ਹੀ ਚੁੱਕਿਆ ਤੇ ਜਿਹੜੇ ਅਸੀਂ ਜਿਹੜਾ ਬਲਵਿੰਦਰ ਬਸ਼ੀ ਆ ਬਲਵਿੰਦਰ ਸਿੰਘ ਛੱਤਰੂ ਥੀਟਰ ਕੇ ਦਾ ਇਹਨਾਂ ਨੇ ਆਪਣੇ ਉੱਥੇ ਕੋਈ ਇਹਨਾਂ ਦਾ ਢਾਰਾ ਜੀ ਅਸੀਂ ਉੱਥੇ ਬਣਾ ਕੇ ਰੱਖੀ ਸੀ ਤੇ ਉਹ ਕੱਲ ਜਿਹੜੇ ਆ ਆਪਾਂ ਉਹ ਜਿਹੜੇ ਉਹ ਵੀ ਸੱਤ ਬ੍ਰਾਮਦ ਕਰ ਲਿਆ ਕੋਲ ਅੱਠ ਮੋੜਸਾ ਲੈਣਾ ਕੋਈ ਬ੍ਰਾਮਦ ਹੋਇਆ ਅੱਜ ਇਹਨਾਂ ਨੂੰ ਇੱਕ ਦਿਨ ਦੇ ਰਿਮਾਂਡ ਤੇ ਅੱਜ ਇਹਨਾਂ ਕੋਰਟ 'ਚ ਫੇਰ ਪੇਸ਼ ਕੀਤਾ ਜਾਏਗਾ ਪੇਸ਼ ਕਰਕੇ ਹੋਰ ਰਿਮਾਂਡ ਲਿਆ ਜਾਏਗਾ ਹਾਂ ਜਿਹੜਾ ਆਪਣਾ ਲਾਹਪਰੀਤ ਸਿੰਘ ਲਵ ਇਹਦੇ ਖਿਲਾਫ ਕੋਈ ਪਹਿਲੇ ਮੁਕੱਦਮਾ ਇੱਕ ਦਰਜਾ ਰਮਦਾਸ ਥਾਣੇ 'ਚ ਦਰਜਾ ਤੇ ਇਹ ਕਰਦੇ ਕੁਛ ਨਹੀਂ ਇਹ ਕੋਈ ਕਹਿੰਦਾ ਵੀ ਮੈਂ ਮਿਹਨਤ ਮਜ਼ਦੂਰੀ ਕਰਦੇ ਆ ਇੱਕ ਜਿਹੜਾ ਲਾਹਪਰੀਤ ਸਿੰਘ ਆ ਇਹ ਵੀ ਵੇਲਾ ਹੀ ਆ ਵੇਲੇ ਟੈਪ ਚ ਨਸ਼ੇੜੀ ਕਿਸਮ ਦੇ ਆ ਤੇ ਵੇਲੇ ਤਕਰੀਬਨ ਜਿਸ ਨੂੰ ਕਹਿ ਸਕਦੇ ਆ ਵੀ ਕੋਈ ਕੰਮ ਨਹੀਂ ਕਰਦਾ ਬਸ ਇਦਾਂ ਹੀ ਕੋਈ ਮੋਟਰਸਾਈਕਲ ਕਿਤੇ ਚੋਰੀ ਕਰਕੇ ਵੇਚ ਲਿਆ ਕਿਤੇ ਇਦਾਂ ਕਰਦਾ